प्यारे विद्यार्थियों मेरे इस YouTube चैनल पे ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਜਿਨ੍ਹਾਂ ਯੂਜ਼ਰਸ ਨੇ ਹਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਬੈਲ ਆਈਕਨ ਦਬਾ ਦੇਣ ਤਾਂ ਜੋ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਆਓ ਸ਼ੁਰੂ ਕਰਦੇ ਹਾਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪਾਠ ਪਹਿਲਾ MS Word ਵਿੱਚ ਟੇਬਲ ਅਤੇ ਮੇਲ ਮਰਜ ਦੇ ਨਾਲ ਕੰਮ ਕਰਨਾ ਟੇਬਲ ਕੀ ਹੈ ਟੇਬਲ ਡਾਟਾ ਨੂੰ ਰੋ ਅਤੇ ਕਾਲਮਾਂ ਵਿੱਚ ਲਿਖਣ ਦਾ ਇੱਕ ਤਰੀਕਾ ਹੈ ਟੇਬਲ ਦੀਆਂ ਲੇਟੀਆਂ ਲਾਈਨਾਂ ਨੂੰ ਰੋ ਅਤੇ ਖੜਮੀਆਂ ਲਾਈਨਾਂ ਨੂੰ ਕਾਲਮ ਕਿਹਾ ਜਾਂਦਾ ਹੈ ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਨ ਅਸੀਂ ਰੋ ਕਾਲਮ ਅਤੇ ਸੈੱਲ ਦਿੱਤੇ ਗਏ ਚਿੱਤਰ ਵਿੱਚ ਪਛਾਣ ਸਕਦੇ ਹਾਂ ਟੇਬਲ ਬਣਾਉਣ ਦੇ ਤਰੀਕੇ MS Word ਵਿੱਚ ਟੇਬਲ ਬਣਾਉਣ ਲਈ ਵੱਖ-ਵੱਖ ਤਰੀਕੇ ਵਰਤੇ ਜਾ ਸਕਦੇ ਹਨ ਅਸੀਂ ਇਨਸਰਟ ਮੈਨੂ ਵਿੱਚੋਂ ਟੇਬਲ ਆਪਸ਼ਨ ਤੇ ਕਲਿੱਕ ਕਰਕੇ ਮਾਊਸ ਦੀ ਮਦਦ ਨਾਲ ਬਲੌਕ ਦੀ ਚੋਣ ਕਰਕੇ ਟੇਬਲ ਬਣਾ ਸਕਦੇ ਹਾਂ ਟੇਬਲ ਬਣਾਉਣ ਲਈ ਇਨਸਰਟ ਟੇਬਲ ਆਪਸ਼ਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਡਰਾ ਟੇਬਲ ਦੀ ਵਰਤੋਂ ਨਾਲ ਮਾਊਸ ਨਾਲ ਮੈਨੂਲੀ ਡਰਾ ਕਰਕੇ ਇੱਕ ਨਵਾਂ ਟੇਬਲ ਵੀ ਬਣਾਇਆ ਜਾ ਸਕਦਾ ਹੈ ਟੇਬਲ ਅਤੇ ਲੇਆਉਟ ਟੈਬ ਐਮ ਐਸ ਵਰਡ ਵਿੱਚ ਇੱਕ ਟੇਬਲ ਬਣਾਉਣ ਉਪਰੰਤ ਲੇਆਉਟ ਟੈਬ ਦੇ ਮਦਦ ਨਾਲ ਟੇਬਲ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ ਸਕਰੀਨ ਤੇ ਦਰਸਾਏ ਅਨੁਸਾਰ ਅਸੀਂ ਲੇਆਉਟ ਮੈਨੂ ਤੇ ਕਲਿੱਕ ਕਰਦੇ ਹਾਂ ਜਿਸ ਨਾਲ ਵੱਖ-ਵੱਖ ਆਪਸ਼ਨਸ ਸਕਰੀਨ ਉੱਪਰ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਹਨ ਲੇਆਉਟ ਟੈਬ ਉਸ ਸਮੇਂ ਨਜ਼ਰ ਆਉਂਦਾ ਹੈ ਜਦੋਂ ਕਰਸਰ ਟੇਬਲ ਵਿੱਚ ਮੌਜੂਦ ਹੋਵੇ ਇਸ ਟੈਬ ਵਿੱਚ ਟੇਬਲਾਂ ਨਾਲ ਕੰਮ ਕਰਨ ਲਈ ਆਪਸ਼ਨਾਂ ਮੌਜੂਦ ਹੁੰਦੀਆਂ ਹਨ ਅਸੀਂ ਸਕਰੀਨ ਤੇ ਦਰਸਾਏ ਅਨੁਸਾਰ ਆਪਸ਼ਨਾਂ ਦੇਖ ਸਕਦੇ ਹਾਂ ਜਿਸ ਵਿੱਚ ਨਵੀਂ ਰੋ ਇਨਸਰਟ ਕਰਨਾ ਨਵਾਂ ਕਾਲਮ ਇਨਸਰਟ ਕਰਨਾ ਸੈਲਾਂ ਦੀ ਚੌੜਾਈ ਵਧਾਉਣਾ ਜਾਂ ਘਟਾਉਣਾ ਲੇਆਉਟ ਸੈੱਟ ਕਰਨਾ ਟੈਕਸਟ ਡਾਇਰੈਕਸ਼ਨ ਚੇਂਜ ਕਰਨਾ ਆਦਿ ਕੁਝ ਮਹੱਤਵਪੂਰਨ ਆਪਸ਼ਨਾਂ ਹਨ ਸਪਲਿਟ 셀 ਅਤੇ ਮਰਜ 셀 ਆਪਸ਼ਨਸ ਸਕ੍ਰੀਨ ਉੱਪਰ ਦਰਸਾਏ ਅਨੁਸਾਰ ਆਈਕਨਸ ਦੀ ਮਦਦ ਕਰਕੇ ਮਰਜ 셀 ਜਾਂ ਸਪਲਿਟ 셀 ਆਪਸ਼ਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਪਲਿਟ 셀 ਆਪਸ਼ਨ ਦੀ ਵਰਤੋਂ ਸਪਲਿਟ ਦਾ ਮਤਲਬ ਹੈ ਵੰਡਣਾ ਜਾਂ ਤੋੜਨਾ। ਇਸ ਤਰ੍ਹਾਂ ਸਪਲਿਟ 셀 ਆਪਸ਼ਨ ਦੀ ਵਰਤੋਂ ਟੇਬਲ ਦੇ ਕਿਸੇ 셀 ਨੂੰ ਦੋ ਜਾਂ ਜ਼ਿਆਦਾ ਸੈੱਲਾਂ ਵਿੱਚ ਵੰਡਣ ਲਈ ਕੀਤੀ ਜਾਂਦੀ ਹੈ। ਇਸ ਆਪਸ਼ਨ ਨਾਲ ਇੱਕ 셀 ਨੂੰ ਕਈ ਰੋਜ਼ ਜਾਂ ਕਾਲਮਾਂ ਵਿੱਚ ਵੰਡਿਆ ਜਾ ਸਕਦਾ ਹੈ ਅਸੀਂ ਸਕਰੀਨ ਉੱਪਰ ਦਰਸਾਏ ਅਨੁਸਾਰ ਇੱਕ ਸੈੱਲ ਨੂੰ ਦੋ ਕਾਲਮਾਂ ਜਾਂ ਇੱਕ ਸੈੱਲ ਨੂੰ ਦੋ ਰੋਹਾਂ ਵਿੱਚ ਵੰਡਣ ਦੀ ਉਦਾਹਰਣ ਦੇਖ ਸਕਦੇ ਹਾਂ ਮਰਜ ਸੈੱਲ ਆਪਸ਼ਨ ਦੀ ਵਰਤੋ ਮਰਜ ਦਾ ਮਤਲਬ ਹੈ ਜੋੜਨਾ ਜਾਂ ਇਕੱਠਾ ਕਰਨਾ ਇਸ ਤਰ੍ਹਾਂ ਮਰਜਡ ਸੈੱਲ ਆਪਸ਼ਨ ਦੀ ਵਰਤੋਂ ਨਾਲ ਅਸੀਂ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਮਰਜ ਕਰਕੇ ਇੱਕ ਸੈੱਲ ਬਣਾ ਸਕਦੇ ਹਾਂ ਸਕਰੀਨ ਉੱਪਰ ਦਰਸਾਏ ਅਨੁਸਾਰ ਅਸੀਂ ਦੋ ਵੱਖ-ਵੱਖ ਕਾਲਮਾਂ ਦੇ ਸੈੱਲਾਂ ਨੂੰ ਜਾਂ ਰੋਜ਼ ਦੇ ਸੈੱਲਾਂ ਨੂੰ ਇਕੱਠਾ ਕਰ ਸਕਦੇ ਹਾਂ ਡਾਟਾ ਸੋਰਸ ਕੀ ਹੈ ਡਾਟਾ ਸੋਰਸ MS Word ਵਿੱਚ ਵੱਖ-ਵੱਖ ਪਤਿਆਂ ਦੀ ਇੱਕ ਲਿਸਟ ਹੁੰਦੀ ਹੈ ਇਸ ਦੀ ਵਰਤੋਂ ਮੇਲ ਮਰਜ অপਸ਼ਨ ਵਿੱਚ ਕੀਤੀ ਜਾਂਦੀ ਹੈ ਮੇਲ ਮਰਜ অপਸ਼ਨ ਰਾਹੀਂ ਮੁੱਖ ਡਾਕੂਮੈਂਟ ਨੂੰ ਵੱਖ-ਵੱਖ ਪਤਿਆਂ ਤੇ ਭੇਜਣ ਲਈ ਤਿਆਰ ਕੀਤਾ ਜਾਂਦਾ ਹੈ ਮੁੱਖ ਡਾਕੂਮੈਂਟ ਕੀ ਹੈ ਐਮ ਐਸ ਵਰਡ ਵਿੱਚ ਮੁੱਖ ਡਾਕੂਮੈਂਟ ਉਹ ਦਸਤਾਵੇਜ਼ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸਾਂਝੀ ਸੂਚਨਾ ਹੁੰਦੀ ਹੈ ਇਸ ਦੀ ਵਰਤੋਂ ਮੇਲ ਮਰਜ ਆਪਸ਼ਨ ਵਿੱਚ ਕੀਤੀ ਜਾਂਦੀ ਹੈ ਕਾਲਮ ਦੀ ਚੌੜਾਈ ਬਦਲਣ ਦਾ ਤਰੀਕਾ ਕਾਲਮ ਦੀ ਚੌੜਾਈ ਬਦਲਣ ਦੇ ਕਈ ਤਰੀਕੇ ਹਨ ਪਹਿਲੇ ਤਰੀਕੇ ਵਿੱਚ ਮਾਊਸ ਦੀ ਸਹਾਇਤਾ ਨਾਲ ਕਾਲਮ ਦੀ ਚੌੜਾਈ ਆਸਾਨੀ ਨਾਲ ਬਦਲੀ ਜਾ ਸਕਦੀ ਹੈ ਕਾਲਮ ਦੀ ਚੌੜਾਈ ਬਦਲਣ ਲਈ ਮਾਊਸ ਪੁਆਇੰਟਰ ਨੂੰ ਕਾਲਮ ਦੀ ਬਾਰਡਰ ਲਾਈਨ ਤੇ ਲੈ ਜਾਓ ਅਤੇ ਕਲਿੱਕ ਕਰਕੇ ਬਾਰਡਰ ਨੂੰ ਲੋੜਿੰਦੀ ਚੌੜਾਈ ਤੱਕ ਖਿੱਚੋ ਫਿਰ ਮਾਊਸ ਬਟਨ ਛੱਡ ਦਿਓ ਇਸ ਤਰ੍ਹਾਂ ਕਾਲਮ ਦੀ ਚੌੜਾਈ ਬਦਲ ਜਾਵੇਗੀ ਇਹ ਸੀ ਤੁਹਾਡੀ ਪਾਠ ਪੁਸਤਕ ਦਾ ਪਹਿਲਾ ਪਾਠ ਆਓ ਹੁਣ ਇਸੇ ਪਾਠ ਵਿੱਚੋਂ ਖਾਲੀ ਧਾਵਾਂ ਦੀ ਦੁਹਰਾਈ ਕਰਦੇ ਹਾਂ ਨੰਬਰ 1 ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ ਡੈਸ਼ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਹਾਂ ਟੈਬ ਵੱਖ-ਵੱਖ ਸੈੱਲਾਂ ਵਿੱਚ ਅੱਗੇ ਜਾਣ ਲਈ ਟੇਬਲ ਵਿੱਚ ਟੈਬ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਟੇਬਲ ਬਟਨ ਡੈਸ਼ ਟੈਬ ਵਿੱਚ ਮੌਜੂਦ ਹੁੰਦਾ ਹੈ ਜੀ ਟੇਬਲ ਬਟਨ ਇਨਸਰਟ ਟੈਬ ਵਿੱਚ ਮੌਜੂਦ ਹੁੰਦਾ ਹੈ ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ਡੈਸ਼ ਬਟਨ ਤੋਂ ਬਦਲ ਸਕਦੇ ਹਾਂ ਬਿਲਕੁਲ ਰਾਈਟ ਅਸੀਂ ਕਾਲਮ ਦੀ ਚੌੜਾਈ ਟੇਬਲ ਗਰੁੱਪ ਦੇ ਪ੍ਰੋਪਰਟੀਆਂ ਬਟਨ ਤੋਂ ਬਦਲ ਸਕਦੇ ਹਾਂ ਡੈਸ਼ ਇੱਕ ਟੈਕਸਟ ਹੁੰਦਾ ਹੈ ਜੋ ਸਾਰੀਆਂ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ ਟਰੂ ਆਨਸਰ ਮਰਜਡ ਡਾਕੂਮੈਂਟ ਮਰਜਡ ਡਾਕੂਮੈਂਟ ਇੱਕ ਟੈਕਸਟ ਹੁੰਦਾ ਹੈ ਜੋ ਸਾਰੀਆਂ ਚਿੱਠੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਭੇਜਿਆ ਜਾਂਦਾ ਹੈ ਡੈਸ਼ ਵਿੱਚ ਮੇਲਿੰਗ ਲਿਸਟ ਹੁੰਦੀ ਹੈ ਵੈਰੀ ਗੁੱਡ ਡਾਟਾ ਸੋਰਸ ਵਿੱਚ ਮੇਲਿੰਗ ਲਿਸਟ ਹੁੰਦੀ ਹੈ ਖਾਲੀ ਥਾਵਾਂ ਤੋਂ ਬਾਅਦ ਹੁਣ ਸਹੀ ਗਲਤ ਦੀ ਦੁਹਰਾਇ ਕਰਦੇ ਹਾਂ ਨੰਬਰ 1 Shift Tab ਕੀ ਨਾਲ ਅਗਲੇ ਸੈੱਲ ਵਿੱਚ ਜਾਂਦੇ ਹਨ ਵੈਰੀ ਗੁੱਡ ਫਾਲਸ ਕਿਉਂਕਿ ਅਸੀਂ ਖਾਲੀ ਥਾਵਾਂ ਵਿੱਚ ਵੀ ਪਹਿਲਾਂ ਪੜ ਚੁੱਕੇ ਹਾਂ ਕਿ ਕੇਵਲ Tab ਕੀ ਨਾਲ ਹੀ ਅਗਲੇ ਸੈੱਲ ਵਿੱਚ ਜਾਂਦੇ ਹਾਂ Shift Tab ਨਾਲ ਅਸੀਂ ਪਿਛਲੇ ਸੈੱਲ ਵਿੱਚ ਜਾ ਸਕਦੇ ਹਾਂ ਸੈਕੰਡ ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਕਹਿੰਦੇ ਹਨ ਵੈਰੀ ਗੁੱਡ ਸਹੀ ਅਸੀਂ ਇਸ 파ਟ ਵਿੱਚ ਪਹਿਲਾਂ ਹੀ ਪੜ ਚੁੱਕੇ ਹਾਂ ਕਿ ਰੋ ਅਤੇ ਕਾਲਮ ਦੇ ਕਾਟ ਖੇਤਰ ਨੂੰ ਸੈੱਲ ਹੀ ਕਹਿੰਦੇ ਹਨ ਇਸ ਲਈ ਇਹ ਸਹੀ ਹੈ ਡਾਟਾ ਸੋਰਸ ਵਰਡ ਦਾ ਉਹ ਡਾਕੂਮੈਂਟ ਹੁੰਦਾ ਹੈ ਜਿਸ ਵਿੱਚ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਹੁੰਦੀ ਹੈ ਗਲਤ ਕਿਉਂਕਿ ਅਸੀਂ ਪਹਿਲਾਂ ਪੜ ਚੁੱਕੇ ਹਾਂ ਕਿ ਡਾਟਾ ਸੋਰਸ ਵਿੱਚ ਭੇਜੇ ਜਾਣ ਵਾਲੇ ਪਤਿਆਂ ਦੀ ਸੂਚੀ ਹੁੰਦੀ ਹੈ ਦੂਸਰਿਆਂ ਨੂੰ ਭੇਜੀ ਜਾਣ ਵਾਲੀ ਸੂਚਨਾ ਮੁੱਖ ਡਾਕੂਮੈਂਟ ਵਿੱਚ ਹੁੰਦੀ ਹੈ ਇਸ ਲਈ ਇਹ ਪ੍ਰੇਸ਼ਨ ਗਲਤ ਹੈ ਟੇਬਲ ਗਰੁੱਪ ਵਿੱਚ ਸਪਲੀਟ ਆਪਸ਼ਨ ਹੁੰਦੀ ਹੈ ਸਹੀ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਟੇਬਲ ਗਰੁੱਪ ਵਿੱਚ ਹੀ ਸਪਲੀਟ ਆਪਸ਼ਨ ਹੁੰਦੀ ਹੈ ਸੈੱਲਾਂ ਨੂੰ ਟੇਬਲ ਵਿੱਚ ਮਰਜ ਨਹੀਂ ਕੀਤਾ ਜਾਂਦਾ ਗਲਤ ਕਿਉਂਕਿ ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ ਕਿ ਸੈੱਲਾਂ ਨੂੰ ਟੇਬਲ ਵਿੱਚ ਮਰਜ ਕੀਤਾ ਜਾ ਸਕਦਾ ਹੈ ਇਸ ਲਈ ਇਹ ਗਲਤ ਹੈ ਸਹੀ ਗਲਤ ਤੋਂ ਬਾਅਦ ਕੁਝ ਮਹੱਤਵਪੂਰਨ ਕੁਐਸਚਨ ਜੋ ਇਸ ਪ੍ਰਕਾਰ ਹਨ ਡਾਕੂਮੈਂਟ ਵਿੱਚ ਟੇਬਲ ਇਨਸਰਟ ਕਰਨ ਦਾ ਤਰੀਕਾ ਸਪਲਿਟ 셀 ਆਪਸ਼ਨ ਦੀ ਵਰਤੋਂ ਬਾਰੇ ਕਾਲਮ ਦੀ ਚੌੜਾਈ ਬਦਲਣ ਦਾ ਇੱਕ ਤਰੀਕਾ ਮਰਜਡ 셀 ਆਪਸ਼ਨ ਦੀ ਵਰਤੋਂ ਡਾਟਾ ਸੋਰਸ ਕੀ ਹੈ ਮੁੱਖ ਡਾਕੂਮੈਂਟ ਕੀ ਹੁੰਦਾ ਹੈ ਇਹ ਸਾਰੇ ਮਹੱਤਵਪੂਰਨ ਪ੍ਰਸ਼ਨ ਅੱਜ ਦੇ ਇਸ ਵੀਡੀਓ ਲੈਕਚਰ ਵਿੱਚੋਂ ਹੀ ਲਏ ਗਏ ਹਨ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਹਿਲਾਂ ਹੀ ਆਉਂਦੇ ਹੋਣਗੇ ਜੇਕਰ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਆਉਂਦਾ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਵੀਡੀਓ ਦੁਬਾਰਾ ਦੇਖੋ ਤੇ ਇਹੀ ਸਾਰੇ ਕੁਐਸਚਨਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਲਾਈਕ ਅਤੇ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਕਿ ਤੁਹਾਨੂੰ ਮੇਰੀਆਂ ਨਵੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਲੱਗੀ ਧੰਨਵਾਦ ਵਿਦਿਆਰਥੀਓ